ਸਬਸਕ੍ਰਾਈਬ ਕਰੋ ਲਿਵਿੰਗ ਪੰਜਾਬ ਨਿਊਜ਼ ਚੈਨਲ ਨੂੰ ਤੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰੋ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਦੇਖਣ ਲਈ। ਡੇਰਾ ਬਾਬਾ ਨਾਨਕ ਦੇ ਪੈਂਦੇ 8 ਪਿੰਡਾਂ ਨੂੰ ਨਗਰ ਕੌਂਸਲ ਡੇਰਾ ਬਾਬਾ ਨਾਨਕ 'ਚ ਸ਼ਾਮਲ ਕੀਤਾ ਗਿਆ ਹੈ। ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਉਹਨਾਂ ਦੇ ਵਿਕਾਸ ਕੰਮਾਂ ਦੀ ਸ਼ੁਰੂਆਤ ਕੀਤੀ ਹੈ। ਇਸ ਮੌਕੇ ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਇਹਨਾਂ ਪਿੰਡਾਂ ਲਈ ਪੰਜਾਬ ਸਰਕਾਰ 75 ਕਰੋੜ ਰੁਪਏ ਖਰਚ ਕਰੇਗੀ। ਬਿਊਰੋ ਰਿਪੋਰਟ, ਲਿਵਿੰਗ ਪੰਜਾਬ ਨਿਊਜ਼। ਪੰਜ ਨੇ ਇਹਨਾਂ 'ਚ ਪਹਿਲਾਂ ਕੀਤਾ ਜਿਹੜੇ ਮਿਊਂਸਪੈਲਿਟੀ 'ਚ ਅਸੀਂ ਲੈ ਕੇ ਆ ਰਹੇ ਹਾਂ। ਉਹਦੇ ਲਈ ਟੋਟਲ ਹੁਣ ਤੱਕ ਜਿਹੜਾ ਡੇਰਾ ਬਾਬਾ ਨਾਨਕ ਡਿਵੈਲਪਮੈਂਟ ਅਥਾਰਟੀ ਅਤੇ ਦੂਸਰੇ ਜਿਹੜੇ ਪਿੰਡਾਂ ਲਈ 8 ਪਿੰਡ ਨੇ ਉਹਨਾਂ ਲਈ ਸਾਡੇ ਕੋਲ 75 ਕਰੋੜ ਰੁਪਈਆ ਕੈਪਟਨ ਸਾਹਿਬ ਨੇ ਵੱਖ ਵੱਖ ਕੰਮਾਂ ਲਈ ਉਹਨਾਂ ਨੇ ਸਾਨੂੰ ਜਮ੍ਹਾਂ ਕਰ ਦਿੱਤਾ। ਡੀ ਸਾਹਿਬ ਨਾਲ ਬੈਠੇ ਆ ਔਰ ਇਹਨਾਂ ਸਾਰਿਆਂ ਦੇ ਟੈਂਡਰ ਲੱਗ ਗਏ ਆ, ਕੰਮ ਸਾਡੇ ਸਟਾਰਟ ਨੇ। ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਪਿੰਡਾਂ ਦੇ ਵਿੱਚ ਛੱਪੜਾਂ ਦੀ ਜਿਹੜੀ ਸਫਾਈ ਸੀ ਉਹ ਸਿੰਚੇਵਾਲ ਬਾਬਾ ਜੀ ਨੂੰ ਬੇਨਤੀ ਕੀਤੀ ਸੀ ਅਤੇ ਉਹਨਾਂ ਨੂੰ 5 ਪਿੰਡ ਦਾ ਉਹਨਾਂ ਨੇ ਕੰਮ ਸਟਾਰਟ ਕਰ ਦਿੱਤਾ ਅਤੇ ਨਾਲ ਹੀ ਜਿਹੜੇ 8 ਪਿੰਡ ਨੇ ਉਹਨਾਂ ਦਾ ਵੀ ਕਰਤਾ ਕਿ ਉਹ ਵੀ ਇਮੀਡੀਏਟਲੀ ਕਰ ਦੇਣ, ਤਾਂ ਕਿ ਜਿਹੜਾ ਆਉਣ ਵਾਲਾ ਨਵੰਬਰ ਦੇ ਵਿੱਚ ਉਹ ਤੋਂ ਪਹਿਲਾਂ ਇਹਨਾਂ ਪਿੰਡਾਂ ਦੀ ਪੂਰੀ ਡਿਵੈਲਪਮੈਂਟ ਕੀਤੀ ਜਾ ਸਕੇ ਔਰ ਹਰ ਡਿਪਾਰਟਮੈਂਟ ਕੋਲੋਂ ਟਾਈਮ ਬਾਉਂਡ ਜਿਹੜਾ ਉਹ ਕੰਮ ਅਸੀਂ ਕਰਵਾ ਰਹੇ। ਤੁਸੀਂ ਇਹ ਸੜਕਾਂ ਦੇਖੀਆਂ ਨੇ 9 ਕਰੋੜ ਦੀਆਂ, ਜਿਹੜੇ 4 ਸਵੇਰੇ ਡੇਰਾ ਬਾਬਾ ਨਾਨਕ ਦੀਆਂ ਸੜਕਾਂ ਨੇ ਉਹਨਾਂ ਲਈ ਟੈਂਡਰ ਲੱਗ ਕੇ ਔਰ ਕੰਮ ਵੀ ਸਟਾਰਟ ਹੋ ਗਿਆ। ਤੁਸੀਂ ਸਾਰਿਆਂ ਦੇਖ ਹੀ ਲਿਆ, ਗੇਟ ਬਣਨੇ ਸਟਾਰਟ ਹੋ ਗਏ ਨੇ, ਪਾਰਕ ਜਿਹੜੀ ਹੈ ਬਾਰਿਸ਼ਾਂ ਕਰਕੇ ਉਹਦਾ ਕੰਮ ਰੁਕਿਆ। 9 ਕਰੋੜ ਦੇ ਟੈਂਡਰ ਡੇਰਾ ਬਾਬਾ ਨਾਨਕ ਦੀਆਂ ਜਿਹੜੀਆਂ ਇੰਟਰਨਲ ਰੋਡਸ ਨੇ, ਜਿਹਨੂੰ ਆਪਾਂ ਸ਼ਹਿਰ ਦੀਆਂ ਗਲੀਆਂ ਜਾਂ ਸੜਕਾਂ ਕਹਿ ਸਕਦੇ ਹਾਂ, ਉਹਦੇ ਲਈ ਸੀ ਤੋਂ ਪਿੱਛੇ ਜਿਹੜਾ ਸੀ ਉਹਨੂੰ ਟੈਂਡਰ ਕੈਂਸਲ ਕਰਕੇ ਦੁਬਾਰਾ ਲਾਇਆ ਕਿ ਤਾਂ ਕਿ ਵਧੀਆ ਕੁਆਲਿਟੀ ਦਾ ਕੰਮ ਹੋ ਸਕੇ। ਗੇਟ ਬਣ ਗਏ, ਇਹ ਗੇਟ ਮਾਤਾ ਸੁਲੱਖਣੀ ਦੇ ਨਾਂ 'ਤੇ ਹੋਏਗਾ, ਭਾਈ ਮਰਦਾਨੇ ਦੇ ਨਾਂ 'ਤੇ ਹੋਏਗਾ, ਗੁਰੂ ਨਾਨਕ ਸਾਹਿਬ ਅਤੇ ਬਾਬਾ ਬੁੱਢਾ ਸਾਹਿਬ ਦੇ ਨਾਂ 'ਤੇ ਇਹ ਗੇਟ ਬਣਾਇਆ ਜਾਵੇ।